दोनों को डे गए। चले चल सत श्री अकाल स्वागत है एक और नवे ब्लॉग के बच्चे। तो ये ब्लॉग थोड़ी लेट आते हैं, मैं तो वादा किया भी जल्दी तो जल्दी ब्लॉग पावे, पर चलो कोई नहीं, हम लेट आते हैं। वो पिछले एक रीजन से भी मैं चला गया एतवार पिंड, तो उत्थे उदा ब्लॉग तो बनाया ही पर छोटा बनाया ही, क्योंकि उसे गुड्डी नहीं उड़ी। गुड्डे मैं नाल लैके गया ही काफ़ी, तो कुछ को उतो बाय कर लेने पिंड वा व्डा वा, तो पर गुड्डे उत्थे उड़े नहीं। तो पर मैं इतने आके पता लगा भी इतने एतवार बड़ा गुड्डा उड़ा, बहुत ज़्यादा गुड्डे दे उड़न, तो इस करके थोड़ा जा लेट हो गया ब्लॉग। तो चलो कोई नहीं, हूँ जिन्ना क ब्लॉग है तुम इन्ना क इंजॉय करो, तो बाकी होर अगे अगे होर वधिया वधिया ब्लॉग आएंगे। तो चैनल में कर दो सबसक्राइब, वीडियो कर दो लाइक, तो कमेंट करके दस्यो ब्लॉग किदा लगा। एक दम गुड्डिया उड़न लग पी ने, चलो हम आप भी उड़ानी शुरू करते हैं। एक हथ ना उड़ावे तो एक हथ ना ब्लॉग बनेगा। तो गाइस हूँ नहीं नौ लगे ये पेचा मच्छा दे उत्ते चले गया आम मच्छा, हम नौने इन्ना पेचा हम पेचे से सू पूरा विखा नहीं सकता, बस जो वी गई कहती वह विखा सकता। तो गाइस आ हो चुके पेचे, मैं एक हथ ना पेचे दया ना, तो एक हथ ना वीडियो दया बना, इन्ना ताे वास्ते दया कन, एक लाइक तो बनता चैनल सब्सक्राइब करना भी बनता। एक और ना पेचा पिया बुढ़े ने आवाज नहीं लगन दी, चलो हम मिलते हैं जो वड्या जाता। दोनों गुड्डे गए, दोनों गुड्डे गए। ठीक है, पहले ही दावे मच्छा तीन सौ भाई लगी वाला गुड्डी काफ़ी उड़न रही है, तो हम पौने पेचा मच्छे ना मच्छा पर एक वड्डा ते एक निक्का। आ अपना गुड्डा वह मच्छा वह लागे गुड्डी आ, इधर गुड्डी बहुत ही आ गुड्डे दे चढ़ने, इधर तीन वेख सकते जे पिछे भी हड़े हजे शुरू हो बस उड़ने, हौली हौली उड़न गए काफ़ी। अपना मच्छा काफ़ी दूर उड़ चुके हैं, आ फड़ो कैमरा मैन। डोर ढेली पै गई
ਤੇ ਗਾਇਸ ਪਹਿਲਾ ਗੁੱਡਾ ਹੀ ਵੜਦਾ ਵਾ ਅੱਜ ਦਾ ਪਹਿਲਾ ਗੁੱਡਾ ਮੱਛੇ ਦੇ ਨਾਲ ਗੁੱਡਾ ਉੱਥਾ ਤੇ ਗਾਇਸ ਆ ਇੱਕ ਪਤੰਗਾ ਨਿੱਕੇ ਗੁੱਡੇ ਆ ਤੇ ਤੁਰੇ ਗੁੱਡੇ ਹੋਲ ਲੈਣੇ ਆ ਤੇ ਫਿਰ ਤੁਹਾਨੂੰ ਵਿਖਾਉਂਦੇ ਆ ਹੋਰ ਉਹਨਾਂ ਜੇ ਤੱਕ ਤੁਸੀਂ ਵਲੌਗ ਕਰ ਇੰਜੋਏ ਕਿਹੜੀ ਗੁੱਡੀ ਢਾਈ ਭਾਜੀ ਤੇ ਭਾਜੀ ਨਾ ਵੀ ਹੋਣਾ ਹੈ ਕਿਹੜੀ ਗੁੱਡੀ ਢਾਈ ਦੇ ਅੱਛਾ ਉਹ ਤੁਸੀਂ ਢਾਈ ਆ ਹਾਂ ਭਾਜੀ ਨਿੱਕੀ ਜੀ ਤੇ ਤੁਹਾਡਾ ਕੀ ਹਾਲ ਸਾਡੀ ਉਹ ਮੁੰਡਿਆਂ ਨੇ ਵੜਦੀ ਕੱਲ ਉਹ ਹੋਈ ਨਾ ਖਿੱਚ ਮਚਾਈ ਹੋਈ ਤੈਨੂੰ ਜੋ ਮੈਂ ਕਿਹਾ ਉਹ ਕਿਉਂ ਨਹੀਂ ਕੀਤਾ ਤੈਨੂੰ ਉਹ ਨਹੀਂ ਫੇਰ ਚਲੋ ਜੀ ਆਪਣਾ ਉਹ ਲੱਗਾ ਕਿੱਥੇ ਆ ਇਹ ਆ ਜੇ ਆ ਫਿਰ ਫੜ ਆ ਫੜ ਦੋ ਦੋ ਗੁੱਡੀਆਂ ਲੁੱਟੀਆਂ ਇੱਕ ਦੋ ਲੁੱਟਣਾ ਹੀ ਇੱਕ ਦੇ ਜਿਹੜੀ ਇਹਨੇ ਫੜੀ ਆ ਇੱਕ ਇਹਨੇ ਮੱਛਾ ਡਾਇਆ ਵਾ ਮੈਂ ਆ ਡਾਈ ਆ ਸਾਰੀਆਂ ਗੁੱਡੀਆਂ ਆਪਣੀਆਂ ਤੇ ਇੱਧਰ ਬਾਕੀ ਦੀਆਂ ਉੱਡਣ ਆਪੇ ਉਹ ਪੇਟਾ ਪਿਆ ਆ ਵੱਡੀ ਗਈ ਆ ਯਾਰ ਗੁੰਜਲ ਪੈ ਯਾਰ ਆ ਗਈ ਚਲੋ ਹਾਈ ਬਾਈ ਥੱਲੇ ਕਾਰ ਗੁੱਡੀ ਵੱਡੀ ਗਈ ਆ ਦੋ ਗੁੱਡੀਆਂ ਵੜਤੀਆਂ ਨੇ ਫਾਈਨਲੀ ਆਈਨੇ ਆ ਆ ਆ ਬਾਂਦਰ ਜੇ ਨੇ ਉਹਦੇ ਵਿੱਚ ਆਏ ਦੀ ਗੁੱਡੀ ਬਣਾਤੀ ਕਿੱਥੇ ਜਾਣ ਦੀ ਲੁੱਟ ਵੀ ਲਈ ਆ ਆ ਗਿਆ ਗੁੱਡੀ ਦਾ ਨਹੀਂ ਪਤਾ ਲੱਗਦਾ ਚੱਲ ਦੂਜੀ ਵੀ ਗਈ ਆ ਤੀਜੀ ਭਾ ਨਹਾ ਕੇ ਆਇਆ ਨਹਾ ਕੇ ਮੁੰਡੇ ਨਹਾ ਕੇ ਆਏ ਤੂੰ ਕਹਿੰਦਾ ਮੈਂ ਨਹਾਤਾ ਓਏ ਤੂੰ ਤੇ ਹੁੰਦਾ ਤਾਂ ਝੂਠ ਬੋਲਦਾ ਕੱਪੜੇ ਵੀ ਤੇਰੇ ਆ ਕੱਪੜੇ ਤੇਰੇ ਏ ਸੋਣੀ ਐ ਹੁੰਦਾ ਪੇਚਾ ਧੋਣਾ ਗੁੱਟੂ ਵੇਲਾ ਤੇਰਾ ਕਿੰਨਾ ਲੈ ਗਏ ਚੱਲ ਆ ਚੱਲ ਮੁੰਡੇ ਆਹ ਵਾਲੀ ਗੁੱਡੀ ਗਈ ਜੇ ਉਹ ਜਿਹੜੀ ਜਾਣਦੀ ਆ ਚੱਲ ਚੱਲ ਤਾਂ ਵੱਡੀ ਚੱਲੀ ਆ ਵੇਖੋ ਆ ਜਿਹੜਾ ਤੁਹਾਨੂੰ
ਅੱਖਰ ਦਿਖਣ ਡਿਆ ਚਿੱਟੇ ਰੰਗ ਦਾ ਤੇ ਇੱਕ ਉਧਰਲੇ ਪਾਸੇ ਇਹਨਾਂ ਦਾ ਪਿਆ ਦੇ ਪਿੱਛਾ ਆ ਮੱਛਾ ਚੱਲਾ ਜੇ ਹੁਣ ਇਹ ਉਹ ਫੜਾ ਲਿਆ ਹੈਗਾ ਹੀ ਹਰੇ ਨਹੀਂ ਨਹੀਂ ਆ ਉਹ ਮੱਛਾ ਗਿਆ ਹੀ ਤੂੰ ਵੱਡਿਆ ਵਾ ਮੱਛਾ ਤੂੰ ਵੱਡਿਆ ਏ ਅਸੀਂ ਵੱਡਿਆ ਪਿੱਛੇ ਸਾਡੇ ਨਾਲ ਮੱਛਾ ਦੇ ਵੀਰ ਆਪਾਂ ਵੱਡਿਆ ਵਾ ਪਿੱਛੇ ਸਾਡੇ ਨਾਲ ਪਿਆ ਆ ਮੈਂ ਬੋਲੀ ਜਾਂਦਾ ਆ ਜਿਹੜਾ ਆ ਸਾਡੇ ਨਾਲ ਓਏ ਓਏ ਕਰਦਾ ਹੀ ਮੁੰਡਾ ਨੇ ਉਹੀ ਕੰਮ ਦੇਖ ਤੋ ਮਰਦਾ ਸੀ ਓ ਜਾਂਦੀ ਕਰੀ ਜਾਂਦੀ ਆ ਦੱਸ ਨਾ ਕਰੀ ਬੋ ਕੀਤੀ ਆ ਹਾਈ ਹੋਰ ਜਾਂਦੀ ਹਾਂ ਬੜੀ ਤੇ ਗਾਇਸ ਹੁਣ ਇੱਥੇ ਕਰਦੇ ਆ ਵਲੌਗ ਦੀ ਐਂਡਿੰਗ ਤੇ ਸਾਰੇ ਜਾਣੇ ਦੱਸਿਓ ਕਿਦਾਂ ਲੱਗਿਆ ਵਲੌਗ ਕਮੈਂਟ ਕਰਕੇ ਦੱਸਿਓ ਵੀ ਵਲੌਗ ਕਿਦਾਂ ਦਾ ਤੇ ਵੀਡੀਓ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹੋਰ ਨਵੇਂ ਨਵੇਂ ਵਲੌਗ ਵਾਸਤੇ ਇਦਾਂ ਹੋਰ ਨਵੇਂ ਨਵੇਂ ਵਲੌਗ ਆਉਂਦੇ ਰਹਿਣਗੇ ਕਾਈਟ ਵਲੌਗ ਤੇ ਡੇਲੀ ਆਉਣੇ ਹੋਣੇ ਆ ਡੇਲੀ ਚਲੋ ਨਹੀਂ ਪਰ ਇਹ ਵੀ ਰੈਗੂਲਰ ਕੋਸ਼ਿਸ਼ ਕਰਾਂਗੇ ਵੀ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਪਾਵਾਂਗੇ ਇਹ ਵੀ ਪਲੱਸ ਟੂ ਦੀ ਸਟੱਡੀ ਵੀ ਹੈ ਅਤੇ ਇਸ ਕਰਕੇ ਥੋੜ੍ਹਾ ਜਿਹਾ ਵਿੱਚ ਰੁਕਣਾ ਵੀ ਪੈਂਦਾ ਵਾ ਅਤੇ ਬਾਕੀ ਤੁਸੀਂ ਹੋਪ ਆ ਵੀ ਤੁਸੀਂ ਸਾਰਿਆਂ ਨੇ ਵਲੌਗ ਇੰਜੋਏ ਕੀਤਾ ਹੋਊਗਾ ਅਤੇ ਨਿੱਕਾ ਜਿਹਾ ਵਲੌਗ ਹੀ ਵਿੱਚ ਪਿੰਡ ਦੀਆਂ ਕਲਿੱਪਾਂ ਆਏ ਕਿਉਂਕਿ ਸੰਡੇ ਨੂੰ ਮੈਂ ਪਿੰਡ ਚਲੇ ਗਿਆ ਹਾਂ ਅਤੇ ਉੱਥੇ ਇੰਨੀ ਗੁੱਡੀ ਤਾਂ ਉੱਡੀ ਨਹੀਂ ਹੈ ਅਤੇ ਇਸ ਕਰਕੇ ਇੰਨਾ ਮਤਲਬ ਕਿ ਵਲੌਗ ਅਤੇ ਬਾਕੀ ਕੋਈ ਨਹੀਂ ਇੱਦਾਂ ਦੇ ਵਲੌਗ ਆਉਂਦੇ ਰਹਿਣਗੇ ਹੋਰ ਸੰਡੇ ਨੂੰ ਹੁਣ ਇੱਥੇ ਆਪਾਂ ਚੜਾਇਆ ਕਰਨੀ ਗੁੱਡੀ ਨਹੀਂ ਤਾਂ ਇੱਧਰ ਹੈਗਾ ਵਾ ਆਪਣਾ ਦੂਸਰੇ ਬੰਨੇ ਉੱਥੇ ਵੀ ਗੁੱਡੀ ਵਾਹਵਾ ਉੱਡਦੀ ਜਿੱਥੇ ਜਿੱਥੇ ਗੁੱਡੀ ਜ਼ਿਆਦਾ ਉੱਡਦੀ ਹੋਊਗੀ ਉੱਥੇ ਉੱਥੇ ਵਧੀਆ ਵਧੀਆ ਗੁੱਡੀਆਂ ਯੂਨੀਕ ਯੂਨੀਕ ਗੁੱਡੀਆਂ ਲਿਆਵਾਂਗੇ ਵੱਖਰੇ ਵੱਖਰੇ ਡਿਜ਼ਾਇਨ ਅਤੇ ਵੱਡੇ ਵੱਡੇ ਗੁੱਡੇ ਵਢਾਵਾਂਗੇ ਹਜੇ ਦਸੰਬਰ ਚੱਲਣ ਦਿਆ ਵਾ ਜਲਦੀ ਤੋਂ ਜਲਦੀ ਵੱਡੇ ਤੋਂ ਵੱਡਾ ਗੁੱਡਾ ਢਾਵਾਂਗੇ ਅਤੇ ਜਿੰਨੇ ਵੱਡੇ ਹੋ ਸਕਦੇ ਉਨੇ ਉਨੇ ਵੱਡੇ ਵੱਡੇ ਢਾਵਾਂਗੇ ਬਾਕੀ ਇਹ ਲੋਹੜੀ ਤਾਂ ਪਿੰਡ ਜਾ ਕੇ ਮਨਾਉਣੀ ਆ ਬਾਕੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵਲੌਗ ਕਿੱਦਾਂ ਲੱਗਾ ਅਤੇ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ।